ਤੇ ਮੈਂ ਨੀਲਮ ਹੋਸਪਿਟਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਕ ਸਾਲ ਦੇ ਵਿੱਚ ਵਿੱਚ ਇੱਕ ਬੇਟਾ ਤੇ ਜਿਨ੍ਹਾਂ ਨਾਲ ਮੈਨੂੰ ਰਹਿ ਕੇ ਐ ਨਹੀਂ ਲੱਗਦਾ ਵੀ ਮੇਰੇ ਹੋਸਪਿਟਲ ਜਿਹੜਾ ਘਰ ਵਿੱਚ ਤੇ ਮੇਰਾ ਇੰਨਾ ਵੱਧ ਕੇ ਪਿਆਰ ਪੈ ਗਿਆ ਸੀ ਇਹਨਾਂ ਨਾਲ ਮੈਨੂੰ ਘਰ ਜਾ ਕੇ ਵੀ ਬਹੁਤ ਯਾਦ ਆਉਂਦੀ ਹੈ ਥੈਂਕ ਯੂ ਸੁਨੀਤਾ ਇਹ ਕੈਥਲ ਹਰਿਆਣਾ ਸੇ ਜਬ ਵੀ ਮੈਂ ਬੁਲਾਤੀ ਥੀ ਯਹਾਂ ਪਰ ਥੇ ਕਭੀ ਮੁਝਸੇ ਕੋਈ ਜ਼ਿਆਦਾ ਸਵਾਲ ਨਹੀਂ ਪੂਛੇ ਜੋ ਮੈਂ ਪੁੱਛਤੀ ਗਈ ਸਭ ਕਰਵਾਤੇ ਰਹੇ ਔਰ ਅਭੀ ਇਨਕੇ ਗੁੜੀਆ ਹੋ ਗਈ ਮੈਂ ਸਭ ਸੇ ਪਹਿਲੇ ਮੈਂ ਸੀ ਪਹਿਲੇ ਹੱਥ ਲਗਾਤਾ ਹੂੰ ਜੇ ਮੈਂ ਖਾਲ ਉਲਾ ਦੇਈ ਹੈ ਦੇਖੋ ਖੁਸ਼ੀ ਮੇਂ ਤਾਂ ਕੋਈ ਪਿੱਛਾ ਨਹੀਂ ਰਹਿਤਾ ਕਿ 18 ਸਾਲ ਬਾਅਦ ਆਪਣੀ ਲੜਕੀ ਪੈਦਾ ਹੋਤੀ ਹੈ ਤੋ ਕਿਆ ਖੁਸ਼ੀ ਹੋਤੀ ਹੈ ਐਸ ਡੀ ਐਮ ਸਾਹਿਬ ਔਰ ਡੀ ਸੀ ਸਾਹਿਬ ਨੇ ਮੇਰੀ ਲੜਕੀ ਗਾ ਕੇ ਨਾਮਕਰਨ ਕੀਆ ਹੈ ਤੋ ਮੈਂ ਮੈਡਮ ਸੀਗਾ ਉਹ ਧੰਨਵਾਦ ਦੇਤਾ ਹੂੰ ਔਰ ਉਨਕਾ ਪ੍ਰਤੀ ਦਿਨ ਤਨ ਮੰਦਨ ਸੇ ਧੰਨਵਾਦ ਕਰਦਾ ਰਹੂੰਗਾ ਕਿ ਵੇ ਐਸੀ ਸਬਕੀ ਮਨੋਕਾਮਨਾ ਪੂਰੀ ਕਰਦੀ ਰਹੇ ਔਰ ਭਗਵਾਨ ਕਾ ਅਵਤਾਰ ਸਮਝ ਕੇ ਮੈਂ ਇਨਕੋ ਪੂਛਤਾ ਹੂੰ ਮੈਨੂੰ ਦੇਖੋ 18 ਸਾਲ ਬਹੁਤ ਜ਼ਿਆਦਾ ਉਦਾਸਤੇ ਹੈ 18 ਸਾਲ ਕੇ ਬਾਅਦ ਕਿਸੀ ਕੇ ਔਲਾਦ ਹੋਤੀ ਹੈ ਤੋ ਦੇਖੋ ਆਪ ਕਿਆ ਹੋਤਾ ਹੈ ਕਿਸੀ ਕੇ ਮਨ ਮੇਂ ਥੋੜਾ ਸੋਚ ਕੇ ਦੇਖੋ 18 ਸਾਲ ਬਾਅਦ ਮੈਂ ਸਮਝਦਾ ਹੂੰ 18 ਸਾਲ ਕੇ ਬਾਅਦ ਮੇਰੇ ਔਲਾਦ ਹੋਣੇ ਕੇ ਕਾਰਨ ਮੈਡਮ ਸੀਗਾ ਮੁਝੇ ਕੈਥਲ ਮੇਂ ਮਿਲੀ ਥੀ ਕੈਥਲ ਮੇਂ ਮਿਲੀ ਥੀ ਤੋ ਯੇ ਕਹਿ ਰਹੇ ਕਿ ਮੈਂ ਤੁਮੇ ਔਲਾਦ ਹੋਈ ਦੂੰਗਾ ਕੈਥਲ ਹੋਸਪਿਟਲ ਹੈ ਸੁਨ ਹੋਸਪਿਟਲ ਵਹਾਂ ਪਰ ਮਿਲੀ ਮੈਡਮ ਜੀ ਮੁਝੇ तो मैडम ने मुझे यहाँ पर बुलाया तो हमारे टेस्ट किए तो हमसे कहने लगे बेटा तुम्हारे औलाद हो जाएगी तो हम खुशी हो गई तो हम सब 10 महीने हुए अभी 10 महीने यहाँ पर आते हुए हैं हमारे लड़की है छोटी सी देखो मेरी माँ भी मेरे साथ में आई है यहाँ पर आज और मेरी सबसे बड़ी माँ मैं समझता हूँ मैं इसको समझता हूँ जिसको मुझे औलाद दी है देखो एक पालने वाली होती है और एक जन्म देने वाली और एक जन्म देने वाले की जन्म देने वाली होती है थैंक यू मैडम जी आरती ये पहला बेबी लेके गई आप पूछा प्यारी में है सत श्री अकाल जी ਹਾਂਜੀ ਮੈਂ ਸਵਰਨ ਕੇ ਹੀ ਬੇਨਤੀ ਕਰਦੀ ਹਾਂ ਕਿ ਮੈਨੂੰ ਇਸ 10 ਸਾਲ ਹੋ ਗਏ ਸੀ ਮੇਰੀ ਨੂੰਹ ਦੇ ਬੱਚਾ ਨਹੀਂ ਸੀ ਹੋਇਆ ਅਸੀਂ PGI 'ਚ ਗਏ ਉਹਨਾਂ ਨੇ ਸਾਨੂੰ ਜਵਾਬ ਦੇ ਤਾ ਵੀ ਬੱਚਾ ਨਹੀਂ ਹੋ ਰਿਹਾ ਉਹ ਤੋਂ ਬਾਅਦ 32 'ਚ ਗਏ ਅਸੀਂ ਇਸ ਟਾਈਮ ਚੰਡੀਗੜ੍ਹ 'ਚ ਬੈਠੇ ਹਾਂ ਅਤੇ ਅਸੀਂ ਕਿਤੇ ਵੀ ਛੱਡਿਆ ਨਹੀਂ ਹੈਗਾ ਜਾਣ ਕਰਨੀ ਉਹ ਸਾਨੂੰ ਕਿਸੇ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਆਪਣੇ ਡਾਕਟਰ ਨੇ ਇਲਮ ਅਤੇ ਸ਼ਾਕਾ ਡਾਕਟਰ ਨਹੀਂ ਹੈ ਵੀ ਤੁਸੀਂ ਉਹਨਾਂ ਕੋਲ ਜਾਓ 10 ਸਾਲਾਂ ਮਗਰੋਂ ਸਾਨੂੰ ਜੇ ਇੱਥੇ ਬੱਚਾ ਮਿਲਿਆ ਅਸੀਂ ਜੇ ਪਰਮਾਤਮਾ ਮੂਹਰੇ ਇਹ ਅਰਦਾਸ ਕਰਦੇ ਹਾਂ ਵੀ ਇਸ ਬੱਚੀ ਦੀ ਪਰਮਾਤਮਾ ਬਹੁਤ ਲੰਬੀਆਂ ਉਮਰਾਂ ਕਰੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨੀਲਮ ਜੀ ਦਾ ਕਿ ਪਰਮਾਤਮਾ ਇਹਨਾਂ ਦੇ ਬਹੁਤ ਵੱਡੀਆਂ ਉਮਰਾਂ ਕਰਨ ਧੰਨਵਾਦ ਜੀ ਥੈਂਕ ਯੂ ਕੁਲਵਿੰਦਰ ਪਟਿਆਲਾ ਸੇ ਹਮ ਸਮਾਰਟ ਕੁਲਵਿੰਦਰ ਬੋਲਦੇ ਪਏ ਕਿਉਂਕਿ ਹਮਾਰੇ ਘਰ ਮੇਂ ਤੀਨ ਕੁਲਵਿੰਦਰੇ ਸੀ ਹੈਲੋ ਗੁੱਡ ਆਫਟਰਨੂਨ ਪਟਿਆਲਾ ਤੋਂ ਬਿਲੋਂਗ ਕਰਦੇ ਹਾਂ ਸਾਡੀ ਮੈਰਿਜ ਨੂੰ 8 ਸਾਲ ਹੋ ਗਏ ਸੀਗੇ ਅਸੀਂ ਕਾਫੀ ਟ੍ਰੀਟਮੈਂਟ ਕਰਵਾਇਆ ਜਿੱਥੇ ਕੋਈ ਦੱਸਦਾ ਸੀ ਉੱਥੇ ਚਲੇ ਜਾਂਦੇ ਸੀ ਇਹਨਾਂ ਦੀ ਐਡ ਵੀ ਮੈਂ ਪੇਪਰ 'ਚ ਪੜ੍ਹੀ ਅਤੇ ਅਸੀਂ ਇੱਥੇ ਆਏ ਮੈਮ ਜੀ ਕਾ ਡਾਕਟਰ ਉਹਨਾਂ ਨੇ ਕਾਫੀ ਅੱਛੀ ਤਰ੍ਹਾਂ ਸਾਨੂੰ ਗਾਈਡ ਕਰਿਆ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਦੋਨਾਂ ਦੀ ਸਾਰੀ ਰਿਪੋਰਟ ਨੋਰਮਲ ਸੀਗੀ ਫਿਰ ਵੀ ਸਾਨੂੰ 8 ਸਾਲ ਹੋ ਗਏ ਸੀ ਕਾਫੀ ਟ੍ਰੀਟਮੈਂਟ ਕਰਾਉਂਦੇ ਕਰਾਉਂਦੇ ਕੋਈ ਪ੍ਰੋਬਲਮ ਵੀ ਨਹੀਂ ਸੀ ਆਉਂਦੀ ਫਿਰ ਇੱਥੇ ਆਣ ਕੇ ਇਹਨਾਂ ਨੇ ਅੱਛੀ ਤਰ੍ਹਾਂ ਸਾਨੂੰ ਗਾਈਡ ਕੀਤਾ ਸਾਨੂੰ ਕਿਹਾ ਵੀ ਤੁਸੀਂ ਵਾਲਾ IVF ਕਰਵਾ ਦਿਓ ਸਾਨੂੰ ਫਸਟ ਟਾਈਮ ਵੀ ਇਹਨਾਂ ਦਾ ਸਕਸੈਸਫੁਲ ਹੋ ਗਿਆ ਸੀਗਾ ਅੱਛਾ ਰਿਜ਼ਲਟ ਸੀਗਾ ਅਸੀਂ ਸਾਰੇ ਨੂੰ ਇਹ ਕਹਾਂਗੇ ਕਿ ਨੀਲਮ ਹੋਸਪਿਟਲ ਆਓ ਆਪਣਾ ਜੋ ਵੀ ਤੁਹਾਡਾ ਹੈਗਾ ਦਿਖਾਓ ਇੱਥੇ ਸਾਰੇ ਜਿਹੜੇ ਮੈਡਮ ਡਾਕਟਰ ਵੀ ਅੱਛੇ ਨੇ ਸਾਰੇ ਜਿਹੜੇ ਸਟਾਫ ਵੀ ਹੈ ਉਹ ਵੀ ਕਾਫੀ ਅੱਛਾ ਹੈ ਬੜੇ ਪਿਆਰ ਨਾਲ ਸਮਝਾਉਂਦੇ ਨੇ ਜਿਵੇਂ ਛੋਟੇ ਬੱਚੇ ਨੂੰ ਗਾਈਡ ਕਰੀਦਾ ਹੈ ਇੱਦਾਂ ਹੀ ਸਾਨੂੰ ਸਮਝਾਉਂਦੇ ਹੈ ਨੇ ਥੈਂਕ ਯੂ ਮੈਮ ਤੁਹਾਡਾ ਪਰਮਾਤਮਾ ਸੇ ਆਈ ਹੈ ਹਮਾਰੇ ਲਈ
बेटी भी बीमार था फिर भी आई। थैंक यू बेटी का। हम लोगों के मैरिज को 9 ईयर्स हो गए। हम लोग फ्रॉम गुड़गांव 8 ईयर्स के रह रहे थे। गुड़गांव का शायद कोई हॉस्पिटल होगा जहाँ हमने ट्रीटमेंट ना लिया हो, बट कोई भी रिजल्ट नहीं था। और जब से हम मैम के ट्रीटमेंट के अंदर आए हैं हमें बहुत पॉजिटिव रिजल्ट मिला। सबसे बेस्ट पार्ट ये कि जब पेशेंट बहुत थककर आता है और कोई आपको पॉजिटिव वाइब देता है कि आप पॉजिटिव रहो, कुछ ना कुछ जरूर होगा, तो आपका आधा दुख वैसे ही खत्म हो जाता है। सबसे अच्छा पार्ट हॉस्पिटल का यही है कि यहाँ पर सब बहुत पॉजिटिव हैं और पेशेंट को इतना पॉजिटिव कर देते हैं कि कुछ ना कुछ जरूर होगा, उसकी वजह से आधा तो दुख वैसे दूर हो जाता है और आधा मैम दूर कर देते हैं। थैंक यू, थैंक्स फॉर गॉड एंड एक्सेप्शन। नीलम हॉस्पिटल IVF ICSI टेस्ट ट्यूब बेबी सेंटर। वाहेगुरु जी का खालसा, वाहेगुरु जी की फतेह। जिन्हें मित्र प्यारे इतने आए ने मैं सारा तय दिलों धन्यवादी हाँ ते नाल धन्यवादी हाँ डॉक्टर नीलम जी का जिन्हां ने अपने बच्चों नूं पढ़ा लिखा के एक बहुत वड्डा डॉक्टर बनाया। डॉक्टर नितुन जी ते डॉक्टर शिखा जी जिन्हां ने आज दिखा दिता है कि 2.5 साल बाद बच्चा हो सकता है। आपां सियाणियां दे कोल भज्जे फिरदे आ पर सब तो पहला जिहड़ी राय डॉक्टर साहब दी है ते डॉक्टर शिखा दा मैं तहे दिलों धन्यवादी हाँ कि जिन्हां ने इन्ने बच्चियां नूं माता पिता बनाया। अवल अला नूर पाए कुदरत के संबंधे एक नूर से सब जो उपजया कौन भले को बंदे। मैं प्रेस वालों का डॉक्टर साहबाना का तय दिल धन्यवादी हाँ ते दोबारा डॉक्टर शिखा का डॉक्टर नीतू जी का डॉक्टर नीलम जी का ते इस तरह ही दिन दुगना रात चौगुनी करन ते जिन्हां दे घर बच्चे नहीं होंदे मैं उन्होंने यही बेनती करांगा कि डॉक्टर नीलम जी डॉक्टर शिखा जी नूं आके मिलन ते इन्हां दा बहुत वड्डा उपराला है। ते मैं डेरा बाबा राव जी स्थान वालों इन्हां नूं सिरपाओ दी बख्शिश करांगा। वाहेगुरु जी का खालसा, वाहेगुरु जी की फतेह। Thank you.